ਪੰਜਾਬੀ ਇੰਡਸਟਰੀ ਵਿੱਚ ਅਸੀਂ ਹੁਣ ਤੱਕ ਗਾਣਿਆਂ ਦੀ ਦੌੜ ਤਾਂ ਦੇਖੀ ਹੈ, ਪਰ ਉਸ ਦੇ ਨਾਲ ਨਾਲ ਅਸੀਂ ਇੱਕ ਹੋਰ ਦੌੜ ਦੇਖਦੇ ਹਾਂ, ਉਹ ਹੈ ਹਥਿਆਰਾਂ ਦੀ ਦੌੜ। ਤੇ ਇਸ ਹਥਿਆਰਾਂ ਦੀ ਦੌੜ ਵਿੱਚ ਇੱਕ ਹੋਰ ਹਥਿਆਰ ਸ਼ਾਮਿਲ ਹੋਣ ਵਾਲਾ ਹੈ, ਤੇ ਉਹ ਹਥਿਆਰ ਹੈ ਹੈਂਡ ਗ੍ਰੇਨੇਡ। ਤੇ ਇਸ ਹਥਿਆਰ ਨੂੰ ਲਾਂਚ ਕਰਨ ਵਾਲੇ ਨੇ ਸਿੰਘਾ। ਜੀ ਹਾਂ, ਤੁਸੀਂ ਬਿਲਕੁਲ ਸਹੀ ਸੁਣਿਆ, ਸਿੰਘਾ ਲੈ ਕੇ ਆ ਰਹੇ ਨੇ ਹੈਂਡ ਗ੍ਰੇਨੇਡ ਨਾਮ ਦਾ ਇੱਕ ਸੌਂਗ, ਜਿਸ ਗੱਲ ਦੀ ਇਨਫੋਰਮੇਸ਼ਨ ਉਹਨਾਂ ਨੇ ਸਾਡੇ ਨਾਲ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਪੋਸਟ ਰਾਹੀਂ ਕੀਤੀ ਹੈ। ਆਓ ਤੁਸੀਂ ਚੈੱਕ ਕਰੋ ਉਹਨਾਂ ਦੀ ਇਹ ਪੋਸਟ। ਇਸ ਫੋਟੋ ਦੀ ਕੈਪਸ਼ਨ ਵਿੱਚ ਸਿੰਘਾ ਨੇ ਲਿਖਿਆ ਹੈ ਕਿ ਬੰਬ ਸੌਂਗ ਅਤੇ ਬੰਬ ਵੀਡੀਓ, ਜਿਸ ਤੋਂ ਸਾਨੂੰ ਇਹ ਤਾਂ ਪਤਾ ਲੱਗ ਗਿਆ ਕਿ ਇਹ ਗਾਣਾ ਕਾਫੀ ਵਧੀਆ ਹੋਣ ਵਾਲਾ ਹੈ। ਬਾਕੀ ਇਸ ਦੀ ਕੈਪਸ਼ਨ ਨਾਲ ਅਸੀਂ ਸਾਰੇ ਵੀ ਐਕਸਾਈਟਿਡ ਹੋ ਗਏ ਹਾਂ ਸਿੰਘਾ ਵੱਲੋਂ ਇੱਕ ਹੋਰ ਗਾਣੇ ਨੂੰ ਸੁਣਨ ਲਈ। ਇਸ ਤੋਂ ਇਲਾਵਾ ਸਿੰਘਾ ਦੇ ਫੈਨਸ ਲਈ ਇੱਕ ਹੋਰ ਖੁਸ਼ਖਬਰੀ ਹੈ, ਅਤੇ ਉਹ ਖੁਸ਼ਖਬਰੀ ਹੈ ਉਹਨਾਂ ਦੀ ਮੂਵੀ, ਜਿਸ ਦੀ ਅਨਾਊਂਸਮੈਂਟ ਉਹਨਾਂ ਨੇ ਰੀਸੈਂਟਲੀ ਹੀ ਸਾਡੇ ਨਾਲ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੀਤੀ ਸੀ, ਜਿਸ ਮੂਵੀ ਦਾ ਟਾਈਟਲ ਹੈ ਸਯੋਨੀ। ਇਸ ਮੂਵੀ ਵਿੱਚ ਉਹਨਾਂ ਦੇ ਨਾਲ ਸਾਨੂੰ ਨਜ਼ਰ ਆਉਣਗੇ ਸ਼ਰਨ ਕੌਰ। ਇਸ ਤੋਂ ਇਲਾਵਾ ਹੁਣ ਜੇ ਅਸੀਂ ਗੱਲ ਕਰੀਏ ਸਿੰਘਾ ਦੀ, ਤਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਦੇਸੀ ਕ੍ਰਿਊ ਦੀ ਵੋਲਿਊਮ 1 ਵਿੱਚ ਵੀ ਸਾਨੂੰ ਸਿੰਘਾ ਵੱਲੋਂ ਗਾਇਆ ਗਿਆ ਇੱਕ ਸੌਂਗ ਸੁਣਨ ਨੂੰ ਮਿਲੇਗਾ, ਅਤੇ ਸਾਨੂੰ ਉਮੀਦ ਹੈ ਕਿ ਉਹਨਾਂ ਦਾ ਇਹ ਸੌਂਗ ਵੀ ਸਾਨੂੰ ਜਲਦ ਹੀ ਸੁਣਨ ਨੂੰ ਮਿਲੇਗਾ। ਅਤੇ ਰੀਸੈਂਟਲੀ ਅਸੀਂ ਉਹਨਾਂ ਦਾ ਸੌਂਗ ਇੰਜੋਏ ਕੀਤਾ ਹੈ ਹੌਬੀਜ਼, ਜੋ ਕਿ ਕਾਫੀ ਜ਼ਿਆਦਾ ਸੁਪਰ ਡੁਪਰ ਹਿੱਟ ਜਾ ਰਿਹਾ ਹੈ, ਅਤੇ ਸਾਰਿਆਂ ਵੱਲੋਂ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ। ਸਿੰਘਾ ਦਾ ਜੋਨਰ ਕਾਫੀ ਡਿਫਰੈਂਟ ਹੈ, ਉਹਨਾਂ ਨੇ ਹੁਣ ਤੱਕ ਜਿੰਨੇ ਵੀ ਸੌਂਗਸ ਗਾਏ ਨੇ ਸਾਰੇ ਰਿਲੇਟ ਕਰਦੇ ਨੇ ਗੈਂਗਸਟਰਸ ਨੂੰ, ਪਰ ਉਹਨਾਂ ਦੇ ਅਸੀਂ ਰੀਸੈਂਟਲੀ 2 ਸੌਂਗਸ ਅਜਿਹੇ ਵੀ ਸੁਣੇ ਸੀ ਜਿਸ ਦਾ ਜੋਨਰ ਰੋਮਾਂਟਿਕ ਸੀ। ਜੀ ਹਾਂ, ਉਹਨਾਂ ਦੇ ਇਹ 2 ਰੋਮਾਂਟਿਕ ਟਰੈਕਸ ਸੀ, ਇੱਕ ਸ਼ਹਿ ਅਤੇ ਦੂਸਰੀ ਫੋਟੋ। ਇਹਨਾਂ ਦੋਨਾਂ ਹੀ ਸੌਂਗਸ ਨੂੰ ਉਹਨਾਂ ਦੇ ਫੈਨਸ ਵੱਲੋਂ ਕਾਫੀ ਜ਼ਿਆਦਾ ਐਪਰੀਸ਼ੀਏਟ ਕੀਤਾ ਗਿਆ। ਸਿੰਘਾ ਜਦ ਵੀ ਆਪਣੇ ਨਵੇਂ ਪ੍ਰੋਜੈਕਟ ਦੇ ਨਾਲ ਆਉਂਦੇ ਨੇ, ਤੇ ਉਹਨਾਂ ਦੇ ਫੈਨਸ ਹਮੇਸ਼ਾ ਹੀ ਐਕਸਾਈਟਿਡ ਹੋ ਜਾਂਦੇ ਨੇ ਉਹਨਾਂ ਦੇ ਪ੍ਰੋਜੈਕਟ ਨੂੰ ਸੁਣਨ ਲਈ। ਤੇ ਹੁਣ ਸਿੰਘਾ ਆ ਰਹੇ ਨੇ ਹੈਂਡ ਗ੍ਰੇਨੇਡ ਦੇ ਨਾਲ, ਤੇ ਸਾਨੂੰ ਤੇ ਪੂਰੀ ਉਮੀਦ ਹੈ ਕਿ ਉਹਨਾਂ ਦਾ ਇਹ ਹੈਂਡ ਗ੍ਰੇਨੇਡ ਕਾਫੀ ਕਮਾਲ ਕਰਕੇ ਦਿਖਾਏਗਾ। ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਸਿੰਘਾ ਦੀ ਐਕਟਿੰਗ ਦੀ, ਤੇ ਸਿੰਘਾ ਸਾਨੂੰ ਜਲਦ ਹੀ ਐਂਟਰਟੇਨ ਕਰਨਗੇ ਆਪਣੀ ਇੱਕ ਹੋਰ ਮੂਵੀ ਦੇ ਨਾਲ, ਜਿਸ ਦਾ ਟਾਈਟਲ ਹੈ ਜ਼ੋਰਾ ਦਾ 2nd ਚੈਪਟਰ। ਇਹ ਮੂਵੀ ਵੀ ਜਲਦ ਰਿਲੀਜ਼ ਹੋਣ ਵਾਲੀ ਹੈ। ਇਸ ਤੋਂ ਇਲਾਵਾ ਬਾਕੀ ਹੁਣ ਮੈਂ ਤਾਂ ਬਹੁਤ ਐਕਸਾਈਟਿਡ ਹਾਂ ਸਿੰਘਾ ਦੇ ਗਾਣੇ ਅਤੇ ਮੂਵੀਜ਼ ਨੂੰ ਦੇਖਣ ਲਈ। ਤੁਸੀਂ ਕਿੰਨੇ ਕੁ ਐਕਸਾਈਟਿਡ ਹੋ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ। ਬਾਲੀਵੁੱਡ ਅਤੇ ਬਾਲੀਵੁੱਡ ਨਾਲ ਜੁੜੀਆਂ ਨਵੀਆਂ ਅਪਡੇਟ ਜਾਣਨ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ gabru.com। ਨੀਚੇ ਦਿੱਤੇ ਬੈਲ ਆਈਕਨ ਨੂੰ ਨੋਟੀਫਿਕੇਸ਼ਨ ਲਈ ਕਲਿੱਕ ਕਰਨਾ ਨਾ ਭੁੱਲੋ। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗੱਭਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗੱਭਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗੱਭਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰ